कोरोना के चक्कर सानू धोखा दिंदा वा मूंह बन के कोरोना के चक्कर सानू धोखा दिंदा वा देख फड़ ओनू गोपी लैके क्यों नहीं आया तू चोर बंदा सानू धोखा दिना वा तू सानू धोखा दिना भेजा कि दस भेजा कि महकमे चो हां दस डिपार्टमेंट चो ना हम सू गल डॉक्टर कोई नहीं एक मिनट नहीं तुझे एक नग ना करो नहीं तेन अस बार बार कही अटेंडी कार्ड लैके जा अपना डॉक्यूमेंट की चीज लिखी भी है कराया ना मला जा करा गया सारे का तेरी मां दी भज्जन नहीं देना तेनू लै लिया गोपी लिया रस्सी लिया रस्सी लिया दी लत्त नूं पा ओ रस्सा पा दी लत्त नूं अरे इधर फ्री जांदे लुधियाणा के इथे खानपुर स्थित एक डेरे च लोगों को कोरोना टेस्ट कराने लई प्रेरित करन गए सेहत विभाग के कर्मचारी की बुरी तरह कुटमार की गई कुटमार की वीडियो भी सामने आई है पुलिस ने मामले की जांच शुरू कर दी है पीड़ित मस्तान सिंह ने दसिया कि वह सब सेंटर जरखड़ स्थित मल्टीपर्पज हैल्थ वजो काम करते हैं डॉक्टर अमित अरोड़ा ने उन्होंने पिंड खानपुर स्थित डेरे च कोरोना के सक्की मामले प्रेरित करके लोगों को लियाने कहा जिथे करीब 8-9 लोगों ने उन्होंने पग नाल बन्ह के कुटमार की उन्होंने स्टाफ ने उत्थे पहुँच के उन्होंने छुड़वाया सी एच सी दिलों के डॉक्टर अमित अरोड़ा ने दसिया कि उन्होंने फील्ड स्टाफ तो डेरे च सक्की मरीज होने की शिकायत मिली सी उत्थे वर्कर नूं भेजा गया जिथे पहला कोरोना टेस्ट करवाने लई राजी कर लिया गया सी पर बाद च मुलजमान ने उन्हां दे कर्मचारी नाल कुटमार की जदों सेंटर च मुस्तान नूं बन के रखे जाण बारे पता लग्या तां उस नूं उत्थे छडवाया गया इस दौरान कुटमार करन वालिआं ने छडवाउण आए सेंटर दे कुछ लोकां ते हमला कर दिता जरखड़ दे विच एज ए मल्टीपर्पज हैल्थ वर्कर जॉब कर रहे सरकारी गवर्नमेंट मुलाजिम ਹਾਂਜੀ ਅੱਜ ਦਾ ਜਿਹੜਾ ਵਾਕਿਆ ਕੀ ਹੈਗਾ ਉਹ ਅੱਜ ਦੇ ਵਾਕਿਆ ਦੇ ਵਿੱਚ ਡਾਕਟਰ ਅਮਿਤ ਨੇ ਮੈਨੂੰ ਕਾਲ ਡਾਕਟਰ ਅਮਿਤ ਅਰੋੜਾ ਨੇ ਜੀ ਮੈਨੂੰ ਕਾਲ ਕੀਤੀ ਸੀਗੀ ਹਾਂਜੀ ਤੇ ਉਹਨਾਂ ਨੇ ਮੈਨੂੰ ਉੱਥੇ ਸਸਪੈਕਟਡ ਕੇਸ ਸੀਗਾ ਕੋਰੋਨਾ ਦਾ ਅੱਛਾ ਕਿੱਥੇ ਇਹ ਖਾਨਪੁਰ ਜੀ ਖਾਨਪੁਰ ਕਿੱਥੇ ਕਿਹੜੀ ਜਗ੍ਹਾ ਜੀ ਪ੍ਰਭੂ ਦਾ ਡੇਰਾ ਬਾਈ ਦਾ ਜੀ ਉਹ ਅੱਛਾ ਜੀ ਹਾਂਜੀ ਉੱਥੇ ਤੁਸੀਂ ਕੀ ਉੱਥੇ ਗਏ ਸੀਗੇ ਮੋਟੀ ਹਾਂਜੀ ਉੱਥੇ ਮੋਟੀਵੇਟ ਕਰਕੇ ਉਹਨਾਂ ਨੂੰ ਟੈਸਟ ਲਈ ਇੱਥੇ ਲਿਆਉਣ ਲਈ ਕਿਹਾ ਗਿਆ ਡਾਕਟਰ ਸਾਹਿਬ ਵੱਲੋਂ ਅੱਛਾ ਜੀ ਤੇ ਉਹਨਾਂ ਨੇ ਪਹਿਲਾਂ ਤਾਂ ਮੋਟੀਵੇਟ ਹੋ ਗਏ ਅੱਛਾ ਜੀ ਤੇ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ ਹਾਂਜੀ ਤੇ ਉਹ ਵਾਕਿਆ ਜੋ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਉਹ ਹੋਇਆ ਸਾਰਾ ਅੱਛਾ ਜੀ ਕੀ ਕੀਤਾ ਉਹਨਾਂ ਨੇ ਕਿੰਨੇ ਬੰਦੇ ਸੀਗੇ ਉੱਥੇ ਉੱਥੇ 8-9 ਬੰਦੇ ਸੀਗੇ ਜੀ ਅੱਛਾ ਜੀ ਹਾਂਜੀ ਕੀ ਕੀਤਾ ਉਹਨਾਂ ਨੇ ਤੁਹਾਡੇ ਨਾਲ ਕਿੱਦਾਂ ਕਿੱਦਾਂ ਦਾ ਬਿਹੇਵ ਕੀਤਾ ਕੀ ਕੀ ਕੀਤਾ ਉਹਨਾਂ ਨੇ ਮੇਰੇ ਨਾਲ ਬਹੁਤ ਕੁੱਟਮਾਰ ਕੀਤੀ ਜੀ ਹਾਂ ਠੀਕ ਆ ਉਹਨਾਂ ਨੇ ਮੇਰੇ ਗਲ ਦੇ ਵਿੱਚ ਵੀ ਮੇਰੀ ਪਾ ਕੇ ਮਾਰਨ ਦੀ ਮੈਨੂੰ ਕੋਸ਼ਿਸ਼ ਕੀਤੀ ਆ ਅੱਛਾ ਜੀ ਮੇਰੀ ਪੱਗ ਮੇਰੀ ਵਿਗੀ ਪੱਗ ਨਾਲ ਮੈਨੂੰ ਬੰਨਿਆ ਤੇ ਮੈਨੂੰ ਮਾਰਨ ਦੀ ਉੱਥੇ ਕੋਸ਼ਿਸ਼ ਕੀਤੀ ਆ ਅੱਛਾ ਕਿੰਨੀ ਕੁ ਦੇਰ ਤੁਹਾਨੂੰ ਬੰਨ ਕੇ ਰੱਖਿਆ ਗਿਆ ਉੱਥੇ ਇਹਨਾਂ ਮੈਂ ਤਕਰੀਬਨ 11 ਵਜੇ ਉੱਥੇ ਸੀਗਾ ਤੇ ਉੱਥੇ ਮੈਨੂੰ ਮੈਂ ਮੇਰੇ ਹਿਸਾਬ ਦੇ ਨਾਲ 2:30 ਵਜੇ ਉੱਥੇ ਮੈਨੂੰ ਮੇਰਾ ਸਟਾਫ ਮੇਰੇ ਕੋਲ ਪਹੁੰਚਿਆ ਕਿਸੇ ਨਾ ਕਿਸੇ ਤਰੀਕੇ ਨਾਲ ਹਾਂਜੀ ਜੇ ਤੁਹਾਡਾ ਸਟਾਫ ਉੱਥੇ ਨਾ ਪਹੁੰਚਦਾ ਤੁਹਾਨੂੰ ਕੀ ਲੱਗਦਾ ਜੇ ਮੈਨੂੰ ਉਹਨਾਂ ਨੇ ਸਿੱਧੀ ਧਮਕੀ ਦੇ ਰਹੇ ਸੀ ਕਹਿੰਦੇ ਅੱਜ ਤੈਨੂੰ ਵੱਢ ਟੁੱਕ ਕੇ ਨਹਿਰ ਦੇ ਵਿੱਚ ਸੁੱਟ ਦੇਣਾ ਅੱਜ ਤੇਰੀ ਬਲੀ ਦੇਣੀ ਆ ਉਹਨਾਂ ਨੇ ਹਵਨ ਦੀ ਸਾਰੀ ਉਹ ਸਮੱਗਰੀ ਤਿਆਰ ਕਰਨ ਲੱਗੇ ਹੋਏ ਸੀਗੇ ਅੱਛਾ ਅੱਜ ਕਹਿੰਦੇ ਤੇਰੀ ਬਲੀ ਦੇਣੀ ਇਹ ਕੌਣ ਕਹਿ ਰਿਹਾ ਸੀ ਉਹ ਜਿਹੜੇ ਉੱਥੇ ਮੌਕੇ ਦੇ ਸਾਧ ਸੀਗਾ ਜੀ ਸਾਧ ਦਾ ਨਾਂ ਜਾਣਦੇ ਤੁਸੀਂ ਨਹੀਂ ਮੈਂ ਸਾਧ ਦਾ ਨਾਮ ਨਹੀਂ ਜਾਣਦਾ ਇਨਾ ਹੀ ਨਹੀਂ ਪੀੜਿਤ ਵਰਕਰ ਨੂੰ ਬਚਾਉਣਗੇ ਇੱਕ ਮਹਿਲਾ ਅਧਿਕਾਰੀ ਨਾਲ ਵੀ ਪਿੰਡ ਦੇ ਲੋਕਾਂ ਨੇ ਕੁੱਟਮਾਰ ਕੀਤੀ ਉਹਨਾਂ ਦੇ ਬਾਲਾ ਮਾਰਿਆ ਨਾਮ ਹਰਪ੍ਰੀਤ ਕੌਰ ਹੈ
ਮੈਂ ਸਬ ਸੈਂਟਰ ਜਰਖੜ ਤੇ ਆਇਆ ਨਾ ਤੇ ਮਸਤਾਨ ਸਿੰਘ ਮੇਰੇ ਨਾਲ ਵਰਕਰ ਨੇ ਅੱਜ ਸਵੇਰੇ ਫੋਨ ਗਿਆ ਸੀਗਾ ਇਹ ਉਸ ਡੇਰੇ ਦੇ ਉੱਤੇ ਸਸਪੈਕਟਡ ਕੇਸ ਸੀਗੇ ਦੇਖਣ ਵਾਸਤੇ ਗਏ ਸੀ ਉਹਨਾਂ ਨੂੰ ਕਹਿਣ ਲਈ ਕਿਹੜੇ ਪਿੰਡ ਖਾਨਪੁਰ ਅੱਛਾ ਜੀ ਡੇਰਾ ਕਿਹੜਾ ਜੀ ਹਾਂਜੀ ਰਾਮ ਕੁਟਿਆ ਅੱਛਾ ਜੀ ਕਰਕੇ ਅਗਲੀ ਕਾਰਵਾਈ ਕਰ ਦਿਆ ਮਾਮਲਾ ਇੱਥੇ ਹੈਲਥ ਵਰਕਰ ਆਇਆ ਸੀਗਾ ਇੱਕ ਆਪਣੀ ਡਿਊਟੀ ਦੇ ਵਾਸਤੇ ਇਹਨਾਂ ਨੂੰ ਕੋਰੋਨਾ ਦਾ ਜਿਹੜਾ ਹੁੰਦਾ ਜੀ ਉਹਦੇ ਵਾਸਤੇ ਸਟੇਟ ਕਰਨ ਵਾਸਤੇ ਕਿਹੜੇ ਪਿੰਡ ਜੀ ਇਹ ਖਾਨਪੁਰ ਹੀ ਆਇਆ ਸੀਗਾ ਹਾਂਜੀ ਕਿੱਥੇ ਗਿਆ ਸੀ ਖਾਨਪੁਰ ਲੱਗਿਆ ਹੋਇਆ ਉੱਥੇ ਆਇਆ ਸੀਗਾ ਮੌਕੇ ਤੇ ਹਾਂਜੀ ਖਾਨਪੁਰ ਕਿਹੜੀ ਜਗ੍ਹਾ ਗਿਆ ਸੀ ਖਾਨਪੁਰ ਉਹ ਪ੍ਰਭੂ ਦਾ ਡੇਰਾ ਬਾਈ ਦਾ ਅੱਛਾ ਜੀ ਉੱਥੇ ਗਿਆ ਸੀ ਪਹਿਲਾਂ ਇਹਨਾਂ ਨੇ ਉਹਨੂੰ ਸਟੇਟ ਕੀਤਾ ਮੁੰਡਿਆਂ ਨੂੰ ਭਾਈ ਕੋਰੋਨਾ ਦੀ ਬਿਮਾਰੀ ਚੱਲਦੀ ਹੈ ਟੈਸਟ ਚੱਲਦੇ ਆ ਉਹਦੇ ਕਰਾ ਲਓ ਅੱਛਾ ਜੀ ਉਹ ਪਹਿਲਾਂ ਦੇ ਮੋਟੀਵੇਟ ਹੋ ਗਏ ਇਹਦੇ ਅੱਖੇ ਤੋਂ ਠੀਕ ਹੈ ਜੀ ਬਾਅਦ 'ਚ ਜਦੋਂ ਇਹ ਕਹਿੰਦਾ ਵੀ ਉੱਥੇ ਟੈਸਟ ਹੋਈ ਜਾਂਦੇ ਮੇਰੇ ਨਾਲ ਚੱਲੋ ਤੁਹਾਡੇ ਨਾਲ ਕਰਵਾ ਦਿੰਦਾ ਉਹ ਚ ਤਹਿ ਜਾ ਕੇ ਇਹਨਾਂ ਨੇ ਕੁੱਟ ਮਾਰ ਕੀ ਅੱਛਾ ਕੀ ਕੁੱਟਿਆ ਮਾਰਿਆ ਜੀ ਇਹਨੂੰ ਕੁੱਟਿਆ ਮਾਰਿਆ ਇਹਨੂੰ ਬੰਨ ਕੇ ਘੇਰ ਕੇ ਕੁੱਟ ਲਿਆ ਹਾਂਜੀ ਤੇ ਹੋਰ ਕਾਫੀ ਇਹਦੇ ਗਲ ਗੋਲ ਚ ਰੱਸਾ ਰੁੱਸਾ ਹੀ ਪਾਇਆ ਕਾਫੀ ਕੁੱਟ ਮਾਰ ਕੀਤੀ ਠੀਕ ਹੈ ਹੁਣ ਵੀ ਮਤਲਬ ਕਿ ਕਰ ਰਹੇ ਹੋ ਸਿਵਲ ਹਸਪਤਾਲ ਦਾਖਲਾ ਇਹਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ ਮਰ ਸਕਦਾ ਸੀ ਜਿੱਦਾਂ ਕੁੱਟਮਾਰ ਕਰੀਏ ਉਹਨਾਂ ਨੇ ਰੱਸਾ ਪਾ ਲਿਆ ਜਿਹੜੇ ਹਿਸਾਬ ਨਾਲ ਕੁੱਟਿਆ ਜੀ ਜਿਹੜੇ ਹਿਸਾਬ ਨਾਲ ਸੱਟਾਂ ਵੱਜੀਆਂ ਉਹ ਤਾਂ ਮੇਰੇ ਖਿਆਲ ਅਜੇ ਵੀ ਉਹਦਾ ਪਤਾ ਨਹੀਂ ਇੰਜਰਡ ਕਾਰਵਾਈ ਬਿਆਨਾਂ ਮੁਤਾਬਕ ਕਰਾਂਗੇ ਜਿਹੜੀ ਹੁਣ ਅਸੀਂ ਬਿਆਨ ਲਿਖ ਰਹੇ ਅਗਲੀ ਕਾਰਵਾਈ ਅਗਲੀ ਕਰਕੇ ਤੁਹਾਨੂੰ ਦੱਸ ਦਿਆਂਗੇ।